ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰ ਅਤੇ ਕੁਇਨਸ ਰੋਡ ਸ਼ੌਪਕੀਪਰਸ ਐਸੋਸੀਏਸ਼ਨ ਵੱਲੋਂ ਪ੍ਰਧਾਨ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਵਨ ਮਹੋਤਸਵ ਮਨਾਇਆ ਗਿਆ। MLA ਸੁਨੀਲ ਦੱਤੀ ਮੁੱਖ ਮਹਿਮਾਨ ਸਨ ਅਤੇ CA ਦਵਿੰਦਰ ਸਿੰਘ ਅਤੇ PS ਪੱਟੀ ਉਚੇਚੇ ਤੌਰ 'ਤੇ ਮੌਜੂਦ ਸਨ। ਇਸ ਮੌਕੇ 'ਤੇ ਬੂਟੇ ਅਤੇ ਟ੍ਰੀ ਗਾਰਡ ਲਗਾਏ ਗਏ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ। ਪ੍ਰੋਜੈਕਟ ਚੇਅਰਮੈਨ ਜਸਪਾਲ ਪਾਲੀ, APS ਬਤਰਾ, ਰਾਕੇਸ਼ ਕੁਮਾਰ, ਹਰਿੰਦਰਪਾਲ ਸਿੰਘ ਸਮੇਤ ਕਈ ਮੈਂਬਰ ਇਸ ਮੌਕੇ ਹਾਜ਼ਰ ਸਨ। ਦੱਸਿਆ ਗਿਆ ਕਿ ਕਲੱਬ ਵੱਲੋਂ ਇਸ ਸਾਲ 11,000 ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਹਾਂਜੀ, ਕੁਈਨਜ਼ ਰੋਡ 'ਤੇ ਰੋਟਰੀ ਕਲੱਬ ਵੱਲੋਂ ਟ੍ਰੀ ਪਲਾਂਟੇਸ਼ਨ ਦਾ ਇਹ ਯੋਗਦਾਨ ਸ਼ਹਿਰ ਲਈ ਦਿੱਤਾ ਗਿਆ ਔਰ 11,000 ਪਲਾਂਟ ਕੀਤੇ ਜਾਣੇ ਆ ਟ੍ਰੀ। ਇੱਕ ਰੁੱਖ ਸੋ ਸੁੱਖ, ਕੋਈ ਸ਼ੱਕ ਨਹੀਂ ਕਿ ਇਹਦੀ ਕਿੰਨੀ ਮਹੱਤਵਤਾ ਅੱਜ ਸਾਰੇ ਜਾਣ ਚੁੱਕੇ ਹਾਂ। ਬਹੁਤ ਜ਼ਰੂਰੀ ਆ ਜੀਣ ਲਈ ਅਸੀਂ ਵਰਿਕਸ਼ ਲਗਾਈਏ। ਮੈਂ ਰੋਟਰੀ ਕਲੱਬ ਦਾ ਧੰਨਵਾਦੀ ਹਾਂ ਇਸ ਕਰਕੇ ਕਿ ਇਹ ਹਰ ਨੇਕ ਕੰਮ ਲਈ ਜਿੱਥੇ ਅੱਗੇ ਰਹਿੰਦੇ ਨੇ ਉੱਥੇ ਟ੍ਰੀ ਲਗਾਉਣੇ ਸੌਖੇ ਨੇ, ਉਹਨਾਂ ਦੀ ਹਿਫਾਜ਼ਤ ਕਰਨੀ ਜਿਹੜੀ ਲਾਜ਼ਮੀ ਅਤੇ ਔਖੀ ਆ ਉਹਦੇ ਲਈ ਇਹਨਾਂ ਖਾਸ ਪ੍ਰਬੰਧ ਇਹ ਕੀਤੇ ਨੇ ਕਿ ਟ੍ਰੀ ਗਾਰਡ ਵੀ ਨਾਲ ਲੈ ਕੇ ਆਏ ਨੇ। ਔਰ ਮੈਨੂੰ ਉਮੀਦ ਆ ਕਿ ਸਾਰੀ ਮਾਰਕੀਟ ਵਾਲੇ ਸਾਥ ਸਹਿਯੋਗ ਦੇ ਕੇ ਇਹਨਾਂ ਦੀ ਦੇਖ ਰੇਖ ਵਿੱਚ ਆਪਣਾ ਯੋਗਦਾਨ ਵੀ ਪਾਉਣਗੇ। ਤਕਰੀਬਨ ਅਸੀਂ ਇਸ ਸਾਲ ਕੋਈ 11,000 ਟ੍ਰੀ ਪਲਾਂਟ ਲਾਉਣ ਦਾ ਟਾਰਗੇਟ ਕੀਤਾ ਹੈ ਔਰ ਟੋਟਲ ਸਾਡੇ ਸਾਰੇ ਰੋਟਰੀ ਕਲੱਬਾਂ ਨੇ ਕੋਈ 50,000 ਟ੍ਰੀ ਪਲਾਂਟ ਇਸ ਸਾਲ ਦਾ ਸਾਡਾ ਟਾਰਗੇਟ ਹੈ, ਜਿਹੜਾ ਕਿ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਪੂਰਾ ਕਰੀਏ। ਔਰ ਇਹ ਸਾਰੇ ਕੰਮ ਦੀ ਸਹਿਯੋਗ ਸਾਨੂੰ ਪੱਟੀ ਸਾਹਿਬ ਦੇ ਰਹੇ ਨੇ, ਪੱਟੀ ਸਾਹਿਬ ਦੇ ਸਦਕਾ ਹੀ ਅਸੀਂ ਸਾਰਾ ਕੰਮ ਕਰ ਪਾ ਰਹੇ ਹਾਂ ਕਿਉਂਕਿ ਸਾਡੀ ਮਾਰਕੀਟ ਦੇ ਵਿੱਚ ਜਿਹੜੇ 46 ਬੂਟੇ ਪੁਰਾਣੇ ਲੱਗੇ ਸੀ ਜਿਹੜਾ ਰੋਡ ਵਾਈਡਨਿੰਗ ਦੇ ਵਿੱਚ ਕੱਟੇ ਗਏ ਸੀ, ਸਾਡਾ ਤੀਜਾ ਹੈਗਾ ਵੀ ਇਹ ਜਿਹੜੀ ਸੜਕ ਦੇ ਉੱਤੇ ਗ੍ਰੀਨਰੀ ਜਿਹੜੀ ਨਾ ਮੁੜ ਵਾਪਸ ਲੈ ਕੇ ਆਉਣੀ ਹੈ। ਅਸੀਂ 46 ਤੋਂ 2-4 ਬੂਟੇ 5 ਬੂਟੇ ਵੱਧ ਹੀ ਲਗਾਉਣਾ ਚਾਹੁੰਦੇ ਹਾਂ, ਘੱਟ ਨਹੀਂ ਰੱਖਣਾ ਚਾਹੁੰਦੇ ਉਹ ਟਾਰਗੇਟ ਨੂੰ। ਅਤੇ ਬਹੁਤ ਧੰਨਵਾਦੀ ਹਾਂ ਸਾਰੀ ਮਾਰਕੀਟ ਐਸੋਸੀਏਸ਼ਨ ਵੱਲੋਂ ਵੀ ਸਾਰਿਆਂ ਦਾ ਪੂਰਾ ਸਹਿਯੋਗ ਹੈ ਸਾਨੂੰ ਵੀ ਹਰ ਬੰਦਾ ਚਾਹੁੰਦਾ ਹੈ ਕਿ ਮੇਰੀ ਦੁਕਾਨ ਦੇ ਬਾਹਰ ਬੂਟੇ ਲਗਾਏ ਜਾਣ।